बिस्मिल्लाहिर्रहमानिर्रहीम। अस्सलाम वालेकुम सारे बहन भैया, अल्लाह पाक खुश रखे, आबाद रखे। चैनल सब्सक्राइब नहीं किया कर लियो ताकि हर वीडियो पर वक्त थोड़ा मिल सके। अच्छा जी, काफ़ी ज़्यादा ना धुप्पे लेटी हैं, गर्मी लग रही सी, नहा के हटी हैं, कपड़े चेंज करके हटी हैं और मैं लगी हाँ सालन बना। सालन की बनाना, कल आलू आंडे बनाए थे। अम्मा जी ने अंडे भी नहीं खाने होंगे और उस तो बाद भिंडी भी नहीं खानी होनी, भिंडी भी बाजारों लैके गया लेकिन भिंडी नहीं बनानी। बैंगन बड़े शौक ना खाते हैं, वो बनानी है। इधर मैं ले लूँगा प्याज, बाकी कपड़े मैं तारा तो सारे उतार के रखे हैं, लेकिन दो तीन सूट धोने वाले हैं। लेकिन साल में खा के ना फटाफट बैंगन सिकट जान साहब होंगी, एवं बस पक जाते हैं मिनटा च। भिंडी ने भी टाइम लेना क्योंकि धो के खुश करके फ्राई करनी सारा कुछ करना, लेकिन बैंगन च इन्ना टाइम नहीं लगता। बाकी मेरी सारी फ्रिज जी ना साफ सुथरी आ, गाजर बनिया देखो खराब हो गई, मैं खादिया नहीं, तो नींबू भी खराब होए आ, ये भी इतने पाइए तैयार जगह साफ करके फ्रिज अच्छ किसी भी टाइम जरा कहते उधर खानी है। बिल्कुल फ्रिज साफ की थी, तो फिर दो हो गया ना, फिर बंदा हिसाब ना उत्थे रख लेंदा वा। ये गाजर भी नींबू भी बाहर सुटा, इतने कपड़ा मारना, लेकिन कपड़ा बाद मारूंगी, उधर रख के भी मार हो सकता वा। अदरक का बूथा इतने पिया पिया सुख गया। चलो जी, हाँ फ्रिज इन्नी साफ करूँगी, लेकिन ऐसे हाँ खलारा बद गया। अच्छा जी, बैंगन पानी धो के रखे से तो पानी ले जी कट्टने नहीं, तो फिर ना मतलब इन्हों का कलर खराब हो जाता वा। तो प्याज लैके आई हाँ, तो टमाटर इवें छे छे की कटिंग कर लवा इन्हों की। टाइम लिया के नहीं सजगे, टाइम लिया के नहीं सजगे, अच्छा जी प्याज पाइए, प्याज में हल्का फ्राई करते हैं, नाल नाल मैं बैंगन काट रही हूँ। मैं क्या अम्मा जी ने ना भुख ज़्यादा लगी होनी है, भिंडी नहीं पकाई क्योंकि अम्मा जी का भिंडियां ने इन्ना सलूक नहीं है, बाजी का काफ़ी है। मैं क्या बैंगन बनाने ना अच्छा अम्मा की फेवरेट सब्जी, तो कालू फिर सारिया की फेवरेट, फिर मैं कट के ना पानी च ही रख रही हूँ बैंगन। बैंगन नाल जी पाउडर मसाले पा दिए, प्लेटा धोने वाली जगह पर रखिए। हल्दी लाल मिर्च का पाउडर, दड़ा मिर्च, नमक, तो
ਕੁੱਟਿਆ ਧਨੀਆ ਮਿਕਸ ਕਰਦੇ ਹਾਂ। ਜਿੰਨੇ ਟਮਾਟਰ ਨਰਮ ਹੋਣੇ ਆ ਇਹਨਾਂ ਦੀ ਵੀ ਬਣਾਈ ਹੋ ਜੂਗੀ। ਚਲੋ ਜੀ ਬੈਂਗਣ ਵੀ ਪਾਓ। ਤਾਜ਼ਾ ਸਬਜ਼ੀ ਲੈ ਕੇ ਆਏ ਸੀ ਭਾਈ ਵਾਲੇ ਮੰਡੀ 'ਚੋਂ, ਹਲੇ ਸੈੱਟ ਕਰ ਰਹੇ ਸੀ। ਸਮਾਨ ਬੇਟਾ ਆਇਆ ਵਾ, ਇਹਨਾਂ ਕੋਈ ਚੀਜ਼ਾਂ ਆਈਆਂ ਸੀ ਉਹ ਆਪਣੇ ਚਾਚੂ ਨੂੰ ਦਿਖਾਉਣ ਆਇਆ ਵਾ। ਅੱਲਾ ਪਾਕ ਸਭ ਨੂੰ ਆਪਣੀ ਰਹਿਮਤ ਦੇ ਸਾਏ ਥੱਲੇ ਰੱਖੇ। ਚਲੋ ਜੀ ਅੱਛੀ ਤਰ੍ਹਾਂ ਮਿਕਸ ਕਰ ਦੇਣਾ ਵਾ, ਅਤੇ ਢੱਕਣਾ ਦੇ ਦੇਣਾ, ਕਿਉਂਕਿ ਪਾਣੀ 'ਚ ਕੱਟੇ ਸੀ ਨਾ ਬੈਂਗਣ, ਇਹਨਾਂ ਨੇ ਪਾਣੀ ਛੱਡ ਦੇਣਾ, ਪਾਣੀ ਦੀ ਛਿੱਟੇ ਦੀ ਜ਼ਰੂਰਤ ਹੀ ਨਹੀਂ ਪੈਣੀ, ਅਤੇ ਉਹਦੇ ਵਿੱਚ ਹੀ ਸਾਡੇ ਬੈਂਗਣ ਨਾ ਅੱਛੀ ਤਰ੍ਹਾਂ ਹੋ ਜਾਣੇ ਆ ਨਰਮ। ਅੱਲਾ ਪਾਕ ਖੈਰ ਕਰੇ, ਅੱਜ ਗਏ ਹਨ, ਪਤਾ ਨਹੀਂ ਮੈਨੂੰ ਕੀ ਹੋਣ ਦਿਆ ਵਾ, ਅਤੇ ਨਾ ਐਕਸੀਡੈਂਟ ਹੋਇਆ ਸੀ ਬੜਾ ਬੁਰਾ ਜਿਹਾ। ਅੱਲਾ ਪਾਕ ਖੈਰ ਕਰੇ, ਅੱਲਾ ਪਾਕ ਆਪਣੀ ਰਹਿਮਤ ਦੇ ਸਾਏ ਥੱਲੇ ਰੱਖੇ। ਕੋਈ ਵੀ ਬੰਦਾ ਸਫ਼ਰ 'ਚ ਜਾਵੇ ਨਾ, ਇਹ ਹੈਂਡਫਰੀਆਂ ਕੰਨਾਂ 'ਚ ਜਿਹੜੀਆਂ ਲਗਾਉਣੀਆਂ, ਗਾਣੇ ਸੁਣਨੇ ਬਿਲਕੁਲ ਨਹੀਂ ਅੱਛੀ ਗੱਲ ਹੁੰਦੀ, ਆਪਣਾ ਐਤਲ ਕੁਰਸੀ ਪੜਦੇ ਜਾਇਆ ਕਰੋ। ਚਲੋ ਜੀ ਇੱਥੇ ਦੇ ਢੱਕਣਾ ਉੱਪਰ, ਤਾਂ ਕਿ ਸਾਡੇ ਨਾ ਬੈਂਗਣ ਅੱਛੀ ਤਰ੍ਹਾਂ ਨਰਮ ਹੋ ਜਾਣ, ਅਤੇ ਮੈਂ ਬਰਤਨ ਧੋ ਲਾਂ, ਆਡਾ ਗੁੱਜਿਆ ਪਿਆ ਵਾ। ਅੱਛਾ ਜੀ ਗਾਜਰਾਂ ਦਾ ਜੂਸ ਬਣਾਇਆ ਵਾ, ਇਹਦੇ ਵਿੱਚ ਨਾ ਕਾਲਾ ਨਮਕ ਥੋੜ੍ਹਾ ਜਾਏਗਾ, ਚੁਟਕੀ ਕਾਲੀ ਮਿਰਚ ਦੀ ਵੀ ਪਾ ਲੈਂਦੇ ਹਾਂ, ਫਿਰ ਨਾ ਤਸੀਰ ਠੰਡੀ ਰਹਿੰਦੀ ਆ ਅਤੇ ਨਾ ਰਹਿੰਦੀ ਆ ਗਰਮ, ਬਸ ਇੰਨੀ ਕੁ ਜ਼ਿਆਦਾ ਦੀ ਦੇਖੋ ਨਹੀਂ ਲੋੜ। ਸਮਾਨ ਬੇਟੇ ਦੇ ਲੈਂਦੀ ਹੈ ਕਹਿੰਦੀ ਆ, ਨਹੀਂ ਪੀਣਾ ਤਾਂ ਵੀ ਪੀਓ। ਅੱਛਾ ਜੀ ਅਲੀ ਨੇ ਡੀਕ ਲਾ ਲਈ ਆ, ਮੈਂ ਆਪਣਾ ਪੀਆਈ ਆ ਮੱਗੇ ਦੇ ਵਿੱਚ, ਅਤੇ ਛੇਤੀ ਪੀ। ਦੇਖੋ ਮੈਂ ਗਾਜਰ ਦਾ ਜੂਸ ਬਣਾ ਕੇ ਦਿੱਤਾ ਤਾਂ ਪੀ ਨਹੀਂ ਡਿਆ। ਅਲੀ ਪਿਲਾਓ, ਪੀ ਲਾ ਮੇਰਾ ਪੁੱਤ ਸ਼ਾਬਾ। ਡੀਕ ਖੇਚ ਮੈਂ ਗਲਾਸ ਲੈ ਕੇ ਜਾ ਕੇ ਧੋਣੇ ਆ, ਮੁਕਾਬਲਾ ਦੇਖੀਏ ਕੌਣ ਜਿੱਦਾਂ। ਬੁੱਝ ਰਕਾਨ ਪੀਆ ਕਰ, ਗਾਜਰ ਦਾ ਜੂਸ ਬੜਾ ਸਹੀ ਹੁੰਦਾ ਵਾ। ਠੰਡ ਪੈ ਜਾਂਦੀ ਹੈ ਚਾਹ ਪੀ ਪੀ ਕੇ, ਸਾਰਾ ਦਿਨ ਅਲੀ ਚਾਹ ਮੰਗਦੇ ਅਤੇ ਫਿਰ ਮੈਨੂੰ ਨਾਲ ਪੀਣੀ ਪੈਂਦੀ ਹੈ ਵਿਚਾਰੀ। ਮੁੱਛਾਂ ਲਾਓ ਆਪਣੀਆਂ। ਚੱਲ ਸ਼ਾਬਾਸ਼ ਮੇਰਾ ਪੁੱਤ। ਮੈਂ ਆਉਂਦੀ ਹਾਂ। ਅੱਛਾ ਜੀ ਮੈਂ ਨਾ ਧਨੀਆ ਪਾ ਲਿਆ ਵਾ, ਥੋੜ੍ਹਾ ਜਿਹਾ ਗਰਮ ਮਸਾਲਾ ਵੀ ਪਾਵਾਂ। ਹਾਲੀ ਆਵਾਜ਼ ਦੇ ਰਹੇ ਹਾਂ, ਸਮਾਨ ਬੇਟਾ ਚੱਲਿਆ ਗਿਆ ਜੂਸ ਪੀ ਕੇ। ਪਹਿਲੇ ਬੈਂਗਣ ਦੇ ਪਾਏ, ਆਲੂ ਦੇ ਵਿੱਚ ਪਾਏ, ਹਰ ਚੀਜ਼ ਦੇ ਵਿੱਚ ਆਲੂ ਅੱਜ ਮੈਨੂੰ ਸਨ। ਚਲੋ ਬਸ 2-3 ਮਿੰਟ ਵਾਸਤੇ ਪਕਾਉਂਦੇ ਹਾਂ, ਸਮਝੋ ਸਾਡਾ ਸਾਲਨ ਹੋ ਗਿਆ ਤਿਆਰ। ਦੋ ਮਿੰਟ ਵਾਸਤੇ ਨਾ ਮੈਂ ਕਵਰ ਕਰ ਦਿੱਤਾ ਵਾ, ਅਤੇ ਇਹਦੇ ਵਿੱਚ ਮੈਂ ਹੁਣ ਸਾਲਨ ਪਾਉਣਾ ਜੀ ਅੰਮਾ ਜੀ ਉਹਨਾਂ ਵਾਸਤੇ। ਅਤੇ ਸਾਲਨ ਸਾਡਾ ਬੈਂਗਣ ਦਾ ਹੋ ਗਿਆ ਤਿਆਰ, 2 ਮਿੰਟ ਬਸ ਹੋਰ ਭੁੰਨਣਾ ਵਾ। ਅੱਛੀ ਤਰ੍ਹਾਂ ਨਰਮ ਹੋ ਗਏ, ਅੰਮਾ ਜੀ ਉਹਨਾਂ ਦੇ ਘਰ ਲੈ ਕੇ ਜਾਣਾ ਵਾ। ਅਗਰ ਇਹ ਵੀਡੀਓ ਸਾਡੇ ਭੈਣ ਭਾਈਆਂ ਨੂੰ ਅੱਛੀ ਲੱਗੇ ਲਾਈਕ ਕਰਿਓ, ਸ਼ੇਅਰ ਕਰਿਓ ਔਰ ਕਮੈਂਟ 'ਚ ਜ਼ਰੂਰ ਦੱਸਿਓ। ਅੱਲਾ ਪਾਕ ਮੇਰੀ ਦਾਦੀ ਨੂੰ ਜਨਨ 'ਚ ਹਾਲਾ ਮੁਕਾਮ ਦੇਵੇ। ਮੇਰੀ ਦਾਦੀ ਜੀ ਨੂੰ ਵੀ ਬੈਂਗਣ ਬਹੁਤ ਜ਼ਿਆਦਾ ਪਸੰਦ ਸੀਗੇ, ਬਰਤਨ ਸਾਰੇ ਮੈਂ ਧੋ ਕੇ ਰੱਖ ਲਏ ਆ, ਔਰ ਮੇਰੀ ਅੰਮਾ ਜੀ ਨੂੰ ਵੀ। ਅਤੇ ਬਾਜੀ ਤਾਂ ਮੇਰੇ ਤਰ੍ਹਾਂ ਮਲੰਗ ਬੰਦਾ ਹਰ ਚੀਜ਼ ਖਾ ਲੈਂਦਾ, ਬਾਜੀ ਇੰਨੀ ਹੈ ਵੀ ਮੈਂ ਆਹ ਚੀਜ਼ ਨਹੀਂ ਖਾਣੀ ਅਤੇ ਮੈਂ ਆਹ ਚੀਜ਼ ਜਿਹੜਾ ਨਾ ਨਹੀਂ ਖਾਣੀ। ਹਾਲੇ ਵੀ ਸ਼ੁਕਰ ਅੱਲਾ ਦਾ ਸਾਰਾ ਕੁਛ ਹੀ ਖਾ ਲੈਂਦੇ ਆ। ਰੋਟੀ ਤਾਂ ਆ ਕੇ ਪਕਾਉਂਗੀ ਕਿਉਂਕਿ ਜੂਸ ਪੀ ਲਿਆ ਵਾ, ਉਹਨਾਂ 'ਚ ਕਿਤੇ ਜਾਣਾ ਵਾ ਸ਼ਹਿਰ, ਥੋੜ੍ਹਾ ਕੰਮ। ਫਤਿਹਪੁਰ, ਅੱਲਾ ਹਾਫਿਜ਼।